ਅਸਲਾਮ ਵਾਲੇਕੁਮ, ਜਿੱਦਾਂ ਕਿ ਮੈਂ ਤੁਹਾਡਾ ਸ਼ਾਮੀ, ਅਤੇ ਇਹ ਹੈਗਾ ਮੇਰਾ ਅੱਜ ਦਾ ਮਿੰਨੀ ਵਲੌਗ। ਅਤੇ ਸਾਡੇ ਅੱਜ ਲੱਗਣਾ ਸੀ ਮੁਰੱਬੇ ਪਾਣੀ, ਅਤੇ ਅੱਬੂ ਕਹਿੰਦਾ ਮੈਂ ਜਾਣਾ ਮੁਰੱਬੇ ਪਾਣੀ ਬੰਨ ਕੇ ਲੈ ਕੇ ਨਾ, ਅਤੇ ਤੂੰ ਪਿੱਛੇ ਨਹਿਰ 'ਤੇ ਗੇੜਾ ਮਾਰ ਗਿਆ। ਮੈਂ ਬਾਹਰ ਮੋਟਰਸਾਈਕਲ ਕੱਢਿਆ, ਦਾਦਾ ਕਹਿੰਦਾ ਨਾਲ ਮੈਂ ਵੀ ਚੱਲਦਾ, ਅਤੇ ਮੈਂ ਅਤੇ ਦਾਦਾ ਨਿਕਲ ਗਏ ਨਹਿਰ 'ਤੇ ਗੇੜਾ ਮਾਰਨ। ਅਸੀਂ ਪਹੁੰਚ ਗਏ ਇਜ਼ਾਫੀ ਵਾਦੀ ਦੇ ਵਿੱਚ। ਇਹ ਇਜ਼ਾਫੀ ਵਾਦੀ ਹੈਗੀ ਆ 332 GB ਦੀ, ਜਿਹੜੀ ਕਿ ਨਹਿਰ ਵਾਲੀ ਪਿੰਡੀ ਦੇ ਨਾਂ ਤੋਂ ਹੀ ਮਸ਼ਹੂਰ ਆ। ਅਸੀਂ ਇਜ਼ਾਫੀ ਵਾਦੀ 'ਚੋਂ ਨਿਕਲ ਕੇ ਥੋੜ੍ਹਾ ਜਿਹਾ ਅੱਗੇ ਆਏ ਹਾਂ, ਅਤੇ ਦਾਦੀ ਨੂੰ ਉੱਥੇ ਦੇ ਗਏ ਆਪਦਾ ਬਹੁਤ ਹੀ ਪੁਰਾਣਾ ਦੋਸਤ। ਦਾਦਾ ਕਹਿੰਦਾ ਮੈਂ ਮਾਰਦਾ ਇਹਦੇ ਨਾਲ ਥੋੜ੍ਹੀਆਂ ਜਿਹੀਆਂ ਗੱਪਾਂ, ਅਤੇ ਤੂੰ ਮਾਰ ਗਿਆ ਨਹਿਰ ਤੋਂ ਗੇੜਾ। ਅਤੇ ਮੈਂ ਆ ਗਿਆ ਨਹਿਰ 'ਤੇ, ਨਹਿਰ 'ਤੇ ਕੋਲ ਆਇਆ, ਅਤੇ ਮੈਨੂੰ ਮੋਟਰਸਾਈਕਲ ਪਿੱਛੇ ਖੜਾ ਕਰਨਾ ਪੈ ਗਿਆ ਕਿਉਂਕਿ ਅੱਗੇ ਦਰਖਤ ਬਹੁਤ ਸੀਗੇ ਅਤੇ ਮੋਟਰਸਾਈਕਲ ਅੱਗੇ ਨਹੀਂ ਜਾਣਾ ਸੀ। ਅਤੇ ਮੈਂ ਆ ਗਿਆ ਨਹਿਰ 'ਤੇ, ਅਤੇ ਇਹ ਹੈਗਾ ਜੀ ਮੋਗਾ। ਨਹਿਰ ਦੇ ਵਿੱਚੋਂ ਪਾਣੀ ਇਹਦੇ 'ਚ ਹੁੰਦਾ, ਇਹਦੇ 'ਚੋਂ ਅੱਗੇ ਹੁੰਦਾ। ਅਤੇ ਮੈਂ ਆ ਕੇ ਨਹਿਰ ਦੇਖੀ, ਅਤੇ ਨਹਿਰ ਦੇ ਵਿੱਚ ਪਾਣੀ ਸੀਗਾ ਬਹੁਤਾ ਹੀ ਥੋੜ੍ਹਾ। ਅਤੇ ਮੈਂ ਉੱਥੇ ਖੜਾ ਹੋ ਕੇ ਦੇਖਣ ਲੱਗ ਪਿਆ ਜੀ ਖਾਲੇ ਦੇ ਵਿੱਚ ਪਾਣੀ ਕਿਹੜੀ ਜਗ੍ਹਾ ਤੋਂ ਜਾਂਦਾ ਆ। ਅਤੇ ਮੈਂ ਕੁਝ ਦੇਰ ਆਪਦੀ ਸਾਇੰਸ ਲੜਾਉਣ ਤੋਂ ਬਾਅਦ ਉੱਥੋਂ ਨਿਕਲ ਆਇਆ ਵਾਪਸ। ਅਤੇ ਮੈਂ ਨਹਿਰ ਤੋਂ ਵਾਪਸ ਆਇਆ, ਵਾਪਸ ਆ ਕੇ ਦਾਦੇ ਦੇ ਕੋਲ ਆ ਗਿਆ। ਦਾਦਾ ਸੀਗਾ ਲੱਗਾ ਹੋਇਆ ਗੱਪਾਂ ਮਾਰਨ ਆਪਦੇ ਯਾਰ ਦੇ ਨਾਲ। ਅਤੇ ਫਿਰ ਮੈਂ ਦਾਦੇ ਨੂੰ ਲਿਆ, ਦਾਦੇ ਨੂੰ ਲੈ ਕੇ ਘਰ ਆ ਗਿਆ। ਘਰ ਆਇਆ ਹੀ ਸੀ ਅਤੇ ਘਰ ਵਾਲੇ ਕਹਿੰਦੇ ਜੀ ਸਾਨੂੰ ਲਿਆ ਕੇ ਦੇ ਦੁਕਾਨ ਤੋਂ ਬੋਤਲ। ਅਤੇ ਪਾਕਿਸਤਾਨ ਉਹ ਵਾਹਦ ਮੁਲਕ ਆ ਜਿੱਥੇ ਕਿ ਬੰਦਾ ਬਿਮਾਰ ਹੋਵੇ ਅਤੇ ਬੋਤਲ ਪੀ ਕੇ ਸਹੀ ਹੋ ਜਾਂਦਾ। ਬੋਤਲ ਲੈ ਕੇ ਨਿਕਲਿਆ ਅਤੇ ਮੈਨੂੰ ਦੇ ਗਿਆ ਛਲੀਆਂ ਵਾਲਾ। ਮੈਂ ਉਹਦੇ ਕੋਲ ਦੋ ਛਲੀਆਂ ਲਈਆਂ, ਛਲੀਆਂ ਲੈ ਕੇ ਆ ਗਿਆ ਘਰ। ਉਸ ਤੋਂ ਬਾਅਦ ਮੈਂ ਆ ਗਿਆ ਘਰ, ਘਰ ਆਇਆ ਅਤੇ ਤਾਏ ਘਰੋਂ ਕਹੀ ਲੈਣੀ ਸੀ। ਤਾਏ ਘਰ ਆਇਆ ਅਤੇ ਇੱਥੇ ਚੱਲ ਰਹੀਆਂ ਸੀ ਵਿਆਹ ਦੀਆਂ ਤਿਆਰੀਆਂ, ਘਰ ਦੀ ਮੁਰੰਮਤ ਵਗੈਰਾ ਚੱਲ ਰਹੀ ਸੀ। ਉੱਥੋਂ ਕਹੀ ਲਿਆ ਕੇ ਨਿਕਲਿਆ ਅਤੇ ਮੈਂ ਨਿਕਲਿਆ ਆ ਪਾਣੀ ਲਾਉਣ। ਮੈਂ ਪਾਣੀ ਲਾਉਣ ਆਇਆ ਅਤੇ ਉਦੀ ਕੱਪੜੇ ਚੇਂਜ ਨਹੀਂ ਕੀਤੇ, ਨਵੇਂ ਕੱਪੜੇ ਪਾਏ ਸੀ, ਉਦੀ ਆ ਗਿਆ ਪਾਣੀ ਲਾਉਣ। ਜਦੋਂ ਮੈਂ ਵਾਪਸ ਗਿਆ ਘਰ, ਅਤੇ ਮੇਰੀ ਰੱਜ ਕੇ ਅੰਮੀ ਕੋਲੋਂ ਹੋਈ ਬੇਇੱਜ਼ਤੀ ਕਿ ਤੈਨੂੰ ਅਕਲ ਤਮੀਜ਼ ਹੈ ਨਹੀਂ, ਕੱਪੜੇ ਚੇਂਜ ਕਰਕੇ ਜਾਈਦਾ ਹੁੰਦਾ ਕੰਮ ਕਰਨ ਲੱਗੇ, ਸਾਰੇ ਸੂਟ ਖਰਾਬ ਕਰਕੇ ਰੱਖੀ ਜਾਂਦਾ ਤੂੰ। ਅਤੇ ਇੰਨੀ ਦੇਰ ਦੇ ਵਿੱਚ ਮੇਰੇ ਕੋਲ ਆ ਗਿਆ ਮੁਰੱਬੇ, ਛੋਟਾ ਜਿਹਾ ਮੇਰਾ ਕਜ਼ਨ। ਮੈਂ ਉਹਨੂੰ ਥੋੜ੍ਹੀ ਦੇਰ ਤੱਕ ਕਿਹਾ, ਮੈਂ ਉਹਨੂੰ ਕਿਹਾ ਮੈਂ ਤੈਨੂੰ ਸਿੱਟ ਦੇਣਾ ਪਾਣੀ ਦੇ ਵਿੱਚ। ਸਿੱਟਣਾ ਪਾਣੀ 'ਚ, ਮੈਂ ਚੱਲਾਂ ਟੱਪ ਗਏ। ਉਹ ਥੋੜ੍ਹੀ ਦੇਰ ਤੰਗ ਕੀਤਾ ਅਤੇ ਉਹ ਭੱਜ ਗਿਆ ਮੇਰੇ ਕੋਲੋਂ ਦੂਰ। ਮੈਂ ਲਾ ਰਿਹਾ ਸੀ ਪਾਣੀ, ਥੋੜ੍ਹੀ ਜਿਹੀ ਸਬਜ਼ੀ ਲਾਉਣ ਵਾਲੀ ਸੀ, ਅੱਬੂ ਉਹ ਲਾ ਰਿਹਾ ਸੀ। ਅਸੀਂ ਲਾਇਆ ਫਿਰ ਪਾਣੀ, ਅਤੇ ਪਾਣੀ ਸਾਡਾ ਖਤਮ ਹੋਣਾ ਸੀ ਰਾਤ ਨੂੰ 9:30 ਵਜੇ। ਇਹ ਸੀਗਾ ਜੀ ਮੇਰਾ ਅੱਜ ਦਾ ਮਿੰਨੀ ਵਲੌਗ। ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ।